ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ। ਅਸਲ 'ਚ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ, ਮੈਂ ਬਹੁਤ ਤੁਹਾਨੂੰ ਡਿਸਕਲੋਜ਼ ਨਹੀਂ ਕੋ ਕਰਨਾ ਚਾਹੁੰਦਾ। ਇਹਦੇ ਵਿੱਚ ਆਪਣਾ ਕੱਲ੍ਹ ਇੱਥੇ ਨਾਕਾ ਲਾਇਆ ਹੋਇਆ ਸੀ ਅਤੇ ਉੱਥੇ ਇੱਕ ਦੋ ਬੰਦਿਆਂ ਨੂੰ ਆਪਾਂ ਚੈਲੇਂਜ ਕੀਤਾ ਅਤੇ ਉਹਨਾਂ ਨੇ ਪੁਲਿਸ 'ਚ ਫਾਇਰਿੰਗ ਸ਼ੁਰੂ ਕਰਤੀ ਅਤੇ ਜਿਹਦੇ ਆਧਾਰ 'ਤੇ ਅਸੀਂ ਮੁਕੱਦਮਾ ਆਪਣਾ ਨੰਬਰ 9/22 ਅੰਡਰ ਸੈਕਸ਼ਨ 307 25/27/54 ਐਕਟ 353/186 ਦਰਜ ਕਰਕੇ ਅਸੀਂ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਅਤੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ। ਅਸੀਂ ਇਹਨਾਂ ਵਿੱਚੋਂ ਇੱਕ ਬੰਦੇ ਨੂੰ ਅਸੀਂ ਕਮਲਜੀਤ ਨੂੰ ਗ੍ਰਿਫਤਾਰ ਵੀ ਕੀਤਾ ਹੈ, ਉਹਦੀ ਪੁੱਛਗਿੱਛ ਚੱਲ ਰਹੀ ਹੈ ਅਤੇ ਬਾਕੀ ਜਿਹੜਾ ਹੋਰ ਜਿਹੜੀ ਇਨਵੈਸਟੀਗੇਸ਼ਨ ਦਾ ਮੈਟਰ ਹੈ ਮੈਂ ਕੋਈ ਬਹੁਤੇ ਦੇ ਤੱਥ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ। ਦੋ ਨੌਜਵਾਨ ਸੀ ਦਿੱਲੀ ਪੁਲਿਸ ਦੇ, ਇੱਕ ਕੌਂਸਟੇਬਲ ਦੇ ਪੈਰ ਵਿੱਚ ਗੋਲੀ ਲੱਗੀ, ਉਹ ਜ਼ਖਮੀ ਆ, ਉਹ ਜੇਰੇ ਇਲਾਜ ਹੈ। ਦੱਸਿਆ ਜਾ ਰਿਹਾ ਵੀ ਉਹ ਵਾਪਸ ਹੀ ਆਪਣੇ ਨਾਲ ਲੈ ਗਏ ਸੀ ਉਸ ਮੇਰੀ ਇਹ ਮੇਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਦੇ ਮੇਰੇ ਇਹ ਮੇਰੇ ਇਨਵੈਸਟੀਗੇਸ਼ਨ ਦਾ ਮੈਟਰ, ਮੈਂ ਇਹਦੇ ਵਿੱਚ ਕੁਛ ਨਹੀਂ ਬੋਲਦਾ। ਇਹ ਕ੍ਰਿਮੀਨਲ ਮਾਈਂਡਡ ਹੈ, ਇਹਦੇ ਖਿਲਾਫ਼ 6 ਤੋਂ 7 ਦੇ ਖਿਲਾਫ਼ ਪਰਚੇ ਦਰਜ ਹੈ ਇਹਦੇ ਖਿਲਾਫ਼।